ਕਿਹੜਾ ਬੰਦਾ ਉਹਦੀ ਜਨਾਨੀ ਨਹੀਂ ਸਾਂਭ ਸਕਦਾ ਸੀਗਾ ਉਹ ਦੇਸ਼ ਕਿੱਥੋਂ ਚਲਾਊਗਾ ਕੰਗੜਾ ਅਰਨੋਦ ਬਾਰੇ ਸਾਡੇ ਜਿਹੜੇ ਬਹੁਤ ਵਧੀਆ ਵੀਰ ਨੇ ਰਣਜੀਤ ਬਾਵਾ ਜੀ ਉਹਨਾਂ ਨੇ ਦੱਸ ਹੀ ਦਿੱਤਾ ਛੇਤਰਾਂ ਦੀ ਲੈਗ ਸੀਗੀ ਉਹ ਤਾਂ ਬਸ ਫੇਸਬੁਕ ਤੇ ਬੋਲਣ ਵਾਲੇ ਆ ਕੋਈ ਮੂਸੇ ਵਾਲੇ ਦਾ ਫੈਨ ਆ ਕੋਈ ਬੱਬੂ ਮਾਨ ਦਾ ਆਪਾਂ ਨੂੰ ਉਹਨਾਂ ਪਿੱਛੇ ਨਹੀਂ ਜਾਂੀ ਜਾਂਦਾ ਅਸਲ ਮੁੱਦਾ ਤਾਂ ਇਹ ਆ ਜਿਹੜੀ ਮੱਕੀ ਦੇ ਬਣਾ ਕੇ ਪਾਪਕੌਰਨ ਛੱਕਦੇ ਮੱਕੀ ਦੇ ਬਣਾ ਕੇ ਪਾਪਕੌਰਨ ਛੱਕਦੇ ਉਹ ਮੱਕੀ ਦੇਆਂ ਦਾਣਿਆਂ ਦਾ ਸਨਮਾਨ ਰੱਖਿਓ ਉਹ ਭੁੱਖ ਆਉਂਦੀ ਜੇ ਮਟਾਉਣੀ ਭੁੱਖੇ ਮਾਰਨੇ ਵੀ ਆਉਂਦੇ ਦਿੱਲੀ ਵਾਲਿਓ ਐਨਾਕ ਧਿਆਨ ਰੱਖਿਓ ਵਿਡੀਓ ਪੰਜਾਬ ਟੂਡੇ ਦੇਖ ਰਹੇ तमाम ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਸੁਖਪ੍ਰੀਤ ਲਗਾਤਾਰ ਕਿਸਾਨੀ ਸੰਘਰਸ਼ਾ ਜਿਹੜਾ ਪੂਰੇ ਸਿਖਰਾਂ ਤੇ ਪਹੁੰਚ ਚੁੱਕਿਆ ਹੈ ਅੱਜ 26 ਤਰੀਕ ਗਣਤੰਤਰ ਦਾ ਦਿਵਸ ਤੇ ਜਿਹੜੀ ਕਿਸਾਨ ਪਰੇਡ ਦਿੱਲੀ ਦੇ ਵਿੱਚ ਕੱਢੀ ਗਈ ਹੈ ਉਹਦੇ ਨਾਲ-ਨਾਲ ਕਿਸਾਨਾਂ ਨੇ ਜਿਹੜਾ ਉੱਥੇ ਝੰਡਾ ਲਹਿਰਾ ਦਿੱਤਾ ਜੇ ਗੱਲ ਕਰ ਲਈਏ ਬਠਿੰਡੇ ਸ਼ਹਿਰ ਦੇ ਵਿੱਚ ਬਠਿੰਡੇ ਸ਼ਹਿਰ ਦੇ ਵਿੱਚ ਕੁ ਹਜ਼ਾਰਾਂ ਦੀ ਗਿਣਤੀ ਦੇ ਟਰੈਕਟਰ ਜਿਹੜੇ ਨੇ ਉੱਥੇ ਕਿਸਾਨ ਪਰੇਡ ਕੱਢੀ ਗਈ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਤੇ ਕਿਸਾਨ ਮੌਜੂਦ ਸੀ ਕਿਸਾਨਾਂ ਦੇ ਵਿੱਚ ਬਜ਼ੁਰਗ ਮਾਤਾਵਾਂ ਤੇ ਬਜ਼ੁਰਗ ਜਿਹੜੇ ਅਜਿਹੇ ਬੱਚੇ 5-5 ਸਾਲਾਂ ਦੇ ਬੱਚੇ ਦੇਖਣ ਨੂੰ ਮਿਲੇ ਨੌਜਵਾਨ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਆਖਰਕਾਰ ਜਿਹੜੀ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਮੈਂ ਦਿਖਾ ਰਿਹਾ ਮੌਜੂਦ ਨੇ ਨੌਜਵਾਨ ਭਾਈ ਜੀ ਅੱਜ ਕਿਸਾਨ ਫਰੇਟ ਕੱਢੀ ਆ ਲੱਗਦਾ ਵੀ ਇਹਦੇ ਨਾਲ ਲੋਕਾਂ ਨੂੰ ਇਸ ਜਾਗਰੂਕਤ ਹੋਣਗੇ ਹਾਂਜੀ ਭਾਈ ਜੀ ਲੋਕ ਤਾਂ ਪਹਿਲਾਂ ਹੀ ਜਾਗਰੂਕ ਤਾਂ ਇਹਦੇ ਨਾਲ ਹੋਰ ਵੀ ਨੌਜਵਾਨਾਂ 'ਚ ਜੋਸ਼ ਆਉਂਦਾ ਨਲੇ ਜਿਹੜੇ ਬਜ਼ੁਰਗ ਆ ਉਹਨਾਂ ਦਾ ਕਿਰਮ ਆਪਾਂ ਕਹਿੰਦੇ ਹੋਸ਼ ਉਹਨਾਂ ਨੇ ਹੋਸ਼ ਤੋਂ ਕੰਮ ਲੈਣਾ ਵੀ ਇਹ ਜੋਸ਼ ਤੋਂ ਆ ਵੀ ਜੋਸ਼ ਦੀ ਵੀ ਬਹੁਤ ਜ਼ਰੂਰਤ ਆ ਇਹਦੇ ਵਿੱਚ ਜੀ ਹਾਂ ਜੇ ਗੱਲ ਕਰ ਲਈਏ ਮੋਦੀ ਸਰਕਾਰ ਦੀ ਮੋਦੀ ਸਰਕਾਰ ਨੂੰ ਮੰਨਦੇ ਹੋ ਵੀ ਉਹ ਪ੍ਰਧਾਨ ਮੰਤਰੀ ਹੈ ਨਹੀਂ ਅਸੀਂ ਨਹੀਂ ਮੰਨਦੇ ਉਹਨੂੰ ਪ੍ਰਧਾਨ ਮੰਤਰੀ ਆ ਜਿਹੜਾ ਦੇਸ਼ ਵਾਰੀ ਨਹੀਂ ਸੋਚ ਸਕਦਾ ਉਹ ਪ੍ਰਧਾਨ ਮੰਤਰੀ ਕਿੱਥੋਂ ਜਨਾਨੀ ਸੰਭੇਗੀ ਉਹ ਦੇਸ਼ ਕਿੱਥੋਂ ਚਲਾਉਈ ਜਿਹੜਾ ਬੰਦਾ ਆਪਦੀ ਜਨਾਨੀ ਨਹੀਂ ਸੰਭ ਸਕਦਾ ਸੀਗਾ ਉਹ ਦੇਸ਼ ਕਿੱਥੋਂ ਚਲਾਊਗਾ ਜੀ ਮਤਲਬ ਲੱਗਦਾ ਇਹ ਇੱਥੋਂ ਪਤਾ ਲੱਗਦਾ ਵੀ ਜੋ ਜਨਾਨੀ ਨਹੀਂ ਸੰਭ ਸਕਦਾ ਸੀ ਤੇ ਪਰ ਸਾਰੇ ਪੂਰੇ ਸਰਕਾਰ ਨੂੰ ਅੱਜ ਇਹ ਲੋਕਾਂ ਨੂੰ ਇਹ ਹਾਲ ਦੇਖਣ ਹਾਲ ਦੇਖਣਾ ਪੈ ਰਿਹਾ ਉਹ ਇਹਦਾ ਕਾਰਨ ਇਹੀ ਆ ਜੀ ਮੈਂ ਤਾਂ ਕਹਿੰਦਾ ਜੇ ਚੱਜਦਾ ਰਹੇ ਉਹ ਤਾਂ ਅਸਤੀਵਾ ਦੇ ਦੇ ਆਪਦੀ ਜੋਤੋਂ ਅ ਜੇ ਇੱਕ ਗੱਲ ਹੋਰ ਕਰ ਲਈਏ ਪੰਜਾਬ ਦੀ ਅਜਿਹੀ ਸਥਿਤੀ ਹੋ ਗਈ ਹੈ ਹੋਰਾਂ ਦੇਸ਼ਾਂ ਦੇ ਵਿੱਚ ਪੰਜਾਬ ਦਾ ਨਾਮ ਹੈ ਜਿਹੜਾ ਉਹ ਗੂੰਜਣ ਲੱਗਿਆ ਜੇ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਨਾ ਲੈ ਕੇ ਆਉਂਦੀ ਤਾਂ ਮੈਨੂੰ ਲੱਗਦਾ ਵੀ ਤੁਸੀਂ ਵੀ ਸ਼ਾਇਦ ਨਹੀਂ ਉੱਠਣਾ ਸੀਗਾ ਲੱਗਦਾ ਹੈ ਹਾਂਜੀ ਉਹ ਤਾਂ ਸੀਗਾ ਪਹਿਲਾਂ ਜੂਨੀਅਨ ਵਾਲਿਆਂ ਨੂੰ ਖਰੇਗੀ ਕਹਿ ਦਿੰਦਾ ਸੀਗਾ ਵੀ ਬਜ਼ੁਰਗ ਬਗ ਜਾਂਦੇ ਆ ਬਹਿ ਕੇ ਮੁੜੇ ਆਉਂਦੇ ਆ ਪਰ ਉਹ ਗੱਲ ਨਹੀਂ ਹੁਣ ਹੁਣ ਤਾਂ ਸਾਰੇ ਜਗ੍ਹਾ ਉਹ ਪਤਾ ਲੱਗ ਗਿਆ ਹਾਂ ਯੂਥ ਨਾਲ ਆ ਯੂਥ ਨੂੰ ਇੱਧਰ ਪ੍ਰੇਰਿਤ ਕਰਨ ਦੀ ਲੋੜ ਸੀਗੀ ਆਪਾਂ ਨੂੰ ਭਾਈ ਜੀ ਜੇ ਗੱਲ ਕਰ ਲਈਏ ਕਿਉਂਕਿ ਨੌਜਵਾਨਾਂ ਨੂੰ ਹੁਣ ਤੋਂ ਪਹਿਲਾਂ ਵੀ ਇਹੀ ਕਿਹਾ ਗਿਆ ਹੈ ਕਿ ਇਹ ਚਿੱਟੇ ਦੇ ਸ਼ਕਾਰ ਨੇ ਨਸ਼ਿਆਂ ਦੇ ਸ਼ਕਾਰ ਨੇ ਇਹ ਨਸ਼ਿਆਂ ਦੀ ਜਿਹੜੀ ਮੁੰਡੇ ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਇਹ ਵੀਡੀਓ ਹੁੰਦੇ ਨੇ ਸੀ ਪਰ ਉਹ ਨੌਜਵਾਨੀ ਜਿਹੜੀ ਨਸ਼ੇ ਵਾਲੀ ਆ ਖਤਮ ਹੋ ਕੇ ਇੱਕ ਨਵੀਂ ਨੌਜਵਾਨੀ ਆ ਗਈ ਲੱਗਦਾ ਇਹ ਹਾਂਜੀ ਜੀ ਬਹੁਤ ਵਧੀਆ ਜੀ ਇਹ ਨੌਜਵਾਨ ਜੁੜੇ ਵੇ ਆ ਨਾਲ ਸਾਰਾ ਇੱਕਾ ਹੋ ਗਿਆ ਜੀ ਪੰਜਾਬ ਹਰਿਆਣਾ ਸਾਰਾ ਇੱਕ ਕਰਤਾ ਮੋਦੀ ਸਰਕਾਰ ਨੇ ਜਿਨ੍ਹਾਂ ਨੇ ਪਾਣੀਆਂ ਦਾ ਰੌਲਾ ਪਾਇਆ ਸੀ ਪੰਜਾਬ ਤੇ ਹਰਿਆਣੇ ਦਾ ਉਹ ਸਾਰੀ ਸਿਆਸਤ ਸੀਗੀ ਇਹਦੇ ਵਿੱਚ ਇਹਦੇ ਵਿੱਚ ਕੀ ਆ ਹੁਣ ਹਰਿਆਣਾ ਕਹਿੰਦਾ ਸਾਨੂੰ ਪਾਣੀ ਦੀ ਲੋੜ ਨਹੀਂ ਪੰਜਾਬ ਕਹਿੰਦਾ ਸਾਡਾ ਛੋਟਾ ਭਾਈ ਆ ਪਾਣੀ ਵੀ ਦੇ ਦਾਂਗੇ ਕੋਈ ਵੱਡੀ ਗੱਲ ਨਹੀਂ ਪੰਜਾਬ ਕੋਲੇ ਆਪਦੇ ਪਾਣੀ ਦੇ ਬਹੁਤ ਸਰੋਤ ਆ ਗਏ ਪੰਜ ਸਾਲ ਦੀ ਜੋ ਸਰਕਾਰ ਰਹਿੰਦੀ ਆ ਉਦੋਂ ਕੋਈ ਮੁੱਦਾ ਨਹੀਂ ਠਾਉਂਦੇ ਇਹ ਪਾਣੀ ਦਾ ਜਦੋਂ ਵੋਟਾਂ ਦਾ ਟਾਈਮ ਆਉਂਦਾ ਨੇੜੇ ਉਦੋਂ ਸਰਕਾਰ ਇੱਕ ਦੂਜੇ ਨੂੰ ਦੱਸਦੀ ਆ ਵੀ ਅਸੀਂ ਐਂ ਕਰਦਾਂਗੇ ਅਸੀਂ ਪਾਣੀ ਲਿਆਵਾਂਗੇ ਐਂ ਕਰਾਂਗੇ ਜੋ ਕਰ ਉਹ ਸਿਰਫ ਵੋਟਾਂ ਲੈਣ ਦਾ ਤੱਕ ਦਾ ਮਤਲਬ ਹੁੰਦਾ ਇਹ। ਹੁਣ ਅੱਜਕੱਲ ਦੇ ਨੌਜਵਾਨ ਜਾਗਰੂਤ ਹੋ ਗਏ ਉਹ ਸਰਕਾਰ ਦੇ ਆ ਉਹ ਜਿਹੜੀ ਨਹੀਂ ਆਉਂਦੇ ਗੱਲਾਂ ਦੇ ਵਿੱਚ। ਤਾਂ ਆਉਣ ਵਾਲੀਆਂ ਚੋਣਾਂ ਦੀ ਪਤਾ ਲੱਗੇ ਜਾਣਾ ਪਿੰਡਾਂ 'ਚ ਵੰਡ ਨਹੀਂ ਦੇਣਾ ਕਿਸੇ ਨੂੰ। ਠੀਕ ਹੈ। ਕੋਈ ਪਾਸਾ ਦੋਨੇ ਕਾਲੀ ਕਾਂਗਰਸੀ ਸਾਰੇ ਖਤਮ ਆ ਗਏ ਅੱਜ ਤੋਂ ਬਾਅਦ। ਲੋਕ ਛੇਤਰ ਮਾਰਨਗੇ ਅੱਜ ਤੋਂ ਬਾਅਦ ਇਹਨਾਂ ਦਾ। ਇੱਕ ਮੈਂ ਨਾਮ ਲਾਉਂਗਾ ਮਹਾਨ ਸ਼ਖਸੀਅਤ ਦਾ ਤੁਸੀਂ ਉਹਦੇ ਬਾਰੇ ਦੋ ਗੱਲਾਂ ਬੋਲਣੀਆਂ ਹਰਜੀਤ ਸਿੰਘ ਗਰੇਵਾਲ। ਉਹਦੇ ਬਾਰੇ ਤਾਂ ਕੀ ਬੋਲੀਏ ਜੀ? ਸਭ ਨੂੰ ਪਤਾ ਹੀ ਆ ਦੱਸਣ ਦੀ ਲੋੜ ਹੀ ਨਹੀਂ। ਵੀ ਕੌਣ ਆ ਹਰਜੀਤ ਸਿੰਘ ਗਰੇਵਾਲ। ਜੀ ਜੇ ਵੋਟਾ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਵੀ ਆ ਗਈਆਂ ਤੇ ਬੜੇ ਪਾਰਟੀਆਂ ਲੋਕਾਂ ਦੇ ਹੱਥ ਬੰਨ ਕੇ ਪੈਰੀ ਹਥਲਾਂੋਂ ਤੱਕ ਜਾਣੀਆਂ ਕਿ ਕੀ ਵੋਟ ਪਾਉਂਗੇ ਇਹਨਾਂ ਨੂੰ ਨਹੀਂ ਜੀ ਜਮਾ ਨਹੀਂ ਪਾਉਂਦੇ ਅਸੀਂ ਤਾਂ ਜਿਹਦੀ ਜ਼ਮੀਰ ਮਰੀ ਹੋਈ ਉਹੀ ਤੁਰੂਗਾ ਉਹੀ ਉਹਨਾਂ ਦੇ ਦਫ਼ਤਰ 'ਚ ਬੈਠੂ ਉਹੀ ਵੋਟ ਪਾਊਗਾ ਜਿਹਦੀ ਜ਼ਮੀਰ ਜਾਗਦੀ ਆ ਚਾਹੇ ਜ਼ਮੀਨ ਨਹੀਂ ਹੈਗੀ ਕਿਸੇ ਕੋਲ ਉਹ ਨਹੀਂ ਵੋਟ ਪਾਊਗਾ ਇਹਨਾਂ ਨੂੰ ਜੀ ਜੀ ਆ ਕਿਉਂਕਿ ਇਹ ਤਸਵੀਰਾਂ ਇਹਨਾਂ ਮੁੰਡਿਆਂ ਦਾ ਕਹਿਣਾ ਹੈ ਕਿ ਨੌਜਵਾਨਾਂ ਦਾ ਕਹਿਣਾ ਹੈ ਕਿ ਜਿਹੜੇ ਨੌਜਵਾਨੀ ਕਦੇ ਵੀ ਹਾਰਦੇ ਨਹੀਂ ਐ ਭਾਈ ਜੀ ਜੇ ਗੱਲ ਕਰ ਲਈਏ ਹਰਿਆਣਾ ਤੇ ਪੰਜਾਬ ਦੇ ਵਿੱਚ ਇਹ ਦਫਾੜ ਪਾਇਆ ਗਿਆ ਸੀ ਸਰਕਾਰਾਂ ਦਾ ਕਿ ਇਹ ਦੋਵੇਂ ਦੇਸ਼ ਜਿਹੜੇ ਸਟੇਟਾਂ ਨੇ ਇਹ ਅੱਡ ਨੇ ਪਰ ਹੁਣ ਇਹਨਾਂ ਪਿਆਰ ਦੇਖ ਕੇ ਕੁਛ ਲੱਗਦਾ ਵੀ ਮਹਿਸੂਸ ਹੋ ਰਿਹਾ ਵੀ ਪੰਜਾਬੀਆਂ ਤੇ ਪੂਰਾ ਜਜ਼ਬਾ ਹੈ ਦੇਖੋ ਜੀ ਅਸੀਂ ਦਿੱਲੀ ਜਾ ਕੇ ਆਏ ਆ ਤੇ ਉੱਥੇ ਜਿਵੇਂ ਕਿ ਲੋਕਾਂ ਦਾ ਇਕਾਆ ਆ ਸਾਨੂੰ ਬਹੁਤ ਵਧੀਆ ਜਿਵੇਂ ਕਿ ਹਰਿਆਣਾ ਸਾਨੂੰ ਵੱਡਾ ਭਾਈ ਮੰਨਦਾ ਉਹਨਾਂ ਹੀ ਸਾਨੂੰ ਸਤਿਕਾਰ ਦਿੰਦੇ ਆ ਪਰ ਜਿਹੜੀਆਂ ਸਰਕਾਰਾਂ ਦੀਆਂ ਰਾਜਨੀਤੀਆਂ ਇਹ ਸਾਨੂੰ ਹੀ ਵੱਖ ਕੀਤਾ ਗਿਆ ਇਹ ਹੁਣ ਵੀ ਸਾਨੂੰ ਐਸਵਾਈਐਲ ਦਾ ਮੁੱਦਾ ਪਾ ਕੇ ਸਾਨੂੰ ਵੱਖ ਕਰਦੇ ਸੀਗੇ ਪਰ ਜਿਹੜੇ ਲੋਕ ਹੈ ਹੁਣ ਪਹਿਲਾਂ ਨਾਲੋਂ ਸਿਆਣੇ ਹੋ ਗਏ ਲੋਕ ਹੁਣ ਪਹਿਲਾਂ ਵਰਗੇ ਨਹੀਂ ਜਿਹੜੇ ਸਰਕਾਰਾਂ ਦੇ ਮੰਗਲ ਕੁਝ ਲੋਕ ਹੈਗੇ ਆ ਜਿਹੜੇ ਸਾਨੂੰ ਅੱਜ ਵੀ ਮਾਲਾ ਕਹਿੰਦੇ ਆ ਵੀ ਨੌਜਵਾਨੇ ਚਿੱਟੇ ਸ਼ਿਕਾਰ ਆ ਦੇਖੋ ਜੀ ਜੇ ਸਾਰੀ ਟੋਕਰੀ ਖਰਾਬ ਹੈ ਇੱਕ ਫਲ ਖਰਾਬ ਹੈ ਤਾਂ ਸਾਰੀ ਟੋਕਰੀ ਸੱਟ ਦਿੱਤੀ ਜਾਂਦੀ ਹੈ ਮੈਂ ਮੰਨਦਾ ਕੁਝ ਨੌਜਵਾਨ ਗਲਤ ਰਾਹੀ ਪੈ ਚੁੱਕੇ ਨੇ ਪਰ ਅੱਜ ਦੇ ਟਾਈਮ ਟੇ ਸਾਡਾ ਸਾਰਾ ਯੂਥ ਹੈ ਉਹ ਕਿਸਾਨਾਂ ਨਾਲ ਜਿੱਥੇ ਅਸੀਂ ਦੇਖਦੇ ਤੁਸੀਂ ਅੱਜ ਦੇਖਿਆ ਆਵਦੀ ਅੱਖੀ ਇੰਨੇ ਟਰੈਕਟਰਾਂ ਨੇ ਨੌਜਵਾਨ ਇੰਨੇ ਦਿੱਲੀ ਵੀ ਬੈਠੇ ਨੇ ਪਰ ਇਹ ਸਾਡਾ ਜਿਹੜਾ ਯੂਥ ਹੈ ਅੱਜ ਬਹੁਤ ਸਾਡੇ ਨਾਲ ਹੈ ਅਸੀਂ ਦਿੱਲੀ ਵੀ ਜਾ ਕੇ ਆਏ ਤੇ ਜੇ ਤੁਸੀਂ ਗਏ ਹੋ ਤੁਸੀਂ ਉੱਥੇ ਦੇਖਿਓ ਸਭ ਤੋਂ ਅੱਗੇ ਯੂਥ ਆ ਠੀਕ ਹੈ ਨਾ ਪਰ ਅੱਜ ਦੇ ਟਾਈਮ ਦੇ ਯੂਥ ਨੂੰ ਸਿਰਫ ਹੋਸ਼ ਦੀ ਜ਼ਰੂਰਤ ਹੈ ਜੇ ਇਹ ਉ ਤਾਂ ਹੋਸ਼ ਰੱਖੂਗਾ ਤਾਂ ਬਹੁਤ ਵਧੀਆ ਗੱਲ ਹੈ ਜਿਵੇਂ ਕਿ ਅੱਜ ਆਪਾਂ ਦੇਖਿਆ ਕੁਝ ਮੁੰਡਿਆਂ ਨੇ ਵੈਰੀ ਗੇਟ ਪੱਟਤੇ ਚਲੋ ਵਧੀਆ ਗੱਲ ਵੀ ਆਪਾਂ ਪਰ ਜੇ ਆਪਾਂ ਜਥੇਬੰਦੀਆਂ ਨਾਲ ਰਹਿ ਕੇ ਚੱਲਾਂਗੇ ਇੱਕ ਚੰਗੀ ਗੱਲ ਅਨੁਸ਼ਾਸਨ ਦੇ ਰਹਿ ਕੇ ਚੱਲਾਂਗੇ ਇੱਕ ਵੱਡੇ ਲੈਵਲ ਤੇ ਬਣੂਗਾ ਆਪਣਾ ਨਾਮ ਬਣੂਗਾ ਜੇ ਆਪਾਂ ਅੱਜ ਕੋਈ ਉੱਥੇ ਮੰਨ ਲਓ ਕਿ ਦਰਕਟਨਾ ਹੁੰਦੀ ਹੈ ਕੋਈ ਗੱਲ ਹੁੰਦੀ ਹੈ ਉਹ ਜਥੇਬੰਦੀਆਂ ਦੇ ਗੱਲ ਆਉਂਦੀ ਹੈ ਵੀ ਜਥੇਬੰਦੀਆਂ ਨੇ ਗਲਤ ਕਰਤਾ ਬਟ ਆਪਾਂ ਨੂੰ ਅੱਜ ਲੋੜ ਹੈ ਵੀ ਆਪਾਂ ਜਥੇਬੰਦੀਆਂ ਦੇ ਨਾਲ ਰਹਿ ਕੇ ਚੱਲੀਏ ਸਲੀਕੇ ਤੇ ਰਹਿ ਕੇ ਚੱਲੀਏ ਅੱਜ ਆਪਣਾ ਇਹੀ ਟਾਈਮ ਹੈ ਸੋ ਮੈਂ ਸਾਰੇ ਯੂਥ ਨੂੰ ਇਹੀ ਬੇਨਤੀ ਕਰਦਾ ਵੀ ਆਪਾਂ ਜਥੇਬੰਦੀਆਂ ਦੇ ਨਾਲ ਰਹਿ ਕੇ ਚੱਲਣਾ ਕਿਉਂਕਿ ਅੱਜ ਜਿਹੜਾ ਅੱਜ ਦਾ ਜਿਹੜਾ ਕਿਸਾਨੀ ਸੰਘਰਸ਼ ਹੈ ਪੂਰੇ ਸਿਖਰਾਂ ਤੇ ਪਹੁੰਚ ਗਿਆ ਤੇ ਜਿੱਤ ਵੀ ਪੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਅਜਿਹੀ ਸਰਕਾਰ ਵੱਲੋਂ ਨੀਤੀ ਆ ਸਕਦੀ ਹੈ ਕਿ ਫਿਰ ਪੰਜਾਬ ਨੂੰ ਉੱਠਣਾ ਪੈ ਸਕਦਾ ਉਦੋਂ ਵੀ ਆਉਂਗੇ ਦੇਖੋ ਜੀ ਹੁਣ ਨੌਜਵਾਨ ਜਿਹ ਚਲੋ ਮੰਨਿਆ ਆਪਾਂ ਕਰੋਨਾ ਵਾਇਰਸ ਦਾ ਟਾਈਮ ਸੀ ਨੌਜਵਾਨ ਹੁਣ ਵੀ ਸਕੂਲਾਂ ਚ ਬਿਜ਼ੀ ਕਰਤੇ ਬਟ ਜਿਹੜੀ ਸਾਡੀ ਨੌਜਵਾਨੀ ਆ ਜਿੰਨਾ ਟਾਈਮ ਨਿਕਲਦਾ ਉਹਨਾਂ ਕੱਢ ਰਹੇ ਆ ਤੇ ਅਸੀਂ ਹੁਣ ਵੀ 21 ਤਰੀਕ ਨੂੰ ਜਿੰਨੇ ਸਾਡੇ ਮੁੰਡੇ ਖੜੇ ਸੀ ਜਾਵਾਂਗੇ 1 ਤਰੀਕ ਨੂੰ ਜਾਵਾਂਗੇ ਕਿਉਂਕਿ 1 ਤਰੀਕ ਨੂੰ ਪਾਰਲੀਮੈਂਟ ਵੱਲ ਪੈਦਲ ਮਾਰਚ ਕੱਢਣਾ ਜੋ ਕਿ ਜਥੇਬੰਦੀਆਂ ਵੱਲੋਂ ਬੇਨਤੀ ਆਈ ਹੈ ਉਹ ਅਸੀਂ ਉਹਦੇ ਨਾਲ ਤੁਰਾਂਗੇ ਅਸੀਂ ਜਾਵਾਂਗੇ ਤੇ ਜਿੰਨਾ ਸਾਤ ਹੋ ਸਕੇ ਸਾਡੇ ਪ੍ਰਬਾਧ ਨੇ ਸਹਿਯੋਗ ਪਾਵਾਂਗੇ ਕਿਉਂਕਿ ਹੁਣ ਸਾਨੂੰ ਵੀ ਪਤਾ ਹੈ ਵੀ ਜ਼ਿਆਦਾ ਟਾਈਮ ਅਸੀਂ ਨਹੀਂ ਜਾ ਸਕਦੇ ਕਿਉਂਕਿ ਪਰਿਵਾਰ ਬਹੁਤ ਟੈਨਸ਼ਨ ਲੈਂਦਾ ਹੈ ਬਟ ਜਿੰਨਾ ਸਾ ਜਿਥੇ ਬੰਦੀ ਨਾਲ ਸਾਥ ਦੇਵਾਂਗੇ ਤੇ ਨਾਲ ਸਰਕਾਰਾਂ ਨੂੰ ਦੱਸ ਦਾਂਗੇ ਵੀ ਜਿੰਨਾ ਟਾਈਮ ਸਾਡਾ ਯੂਥ ਜਾਗਦਾ ਹੈ ਉਹਨਾਂ ਟਾਈਮ ਅਸੀਂ ਆਪਦੇ ਜ਼ਮੀਨਾਂ ਨਹੀਂ ਖੋਹਣ ਦੇਣਾ ਚਾਹੀਦੋ ਮਰਜ਼ੀ ਹੋ ਜੇ ਸਾਨੂੰ ਜਿੱਥੇ ਤੇ ਮਰਜ਼ੀ ਜਾਣਾ ਪੈ ਜੇ ਅਸੀਂ ਜਿਵੇਂ ਪ੍ਰਾਈਵੇਟ ਘਰਾਣਿਆਂ ਨੇ ਪੂਰਾ ਰਾਜ ਕੀਤਾ ਹੁਣ ਵੀ ਬੜੇ ਵੱਡੇ ਮਾਲ ਖੋਲੇ ਹੋਏ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਦਾ ਡੰਕਾ ਮੈਨੂੰ ਲੱਗਦਾ ਵੀ ਲੋਕਾਂ ਕਰਕੇ ਵਜਿਆ ਤੇ ਲੋਕਾਂ ਕਰਕੇ ਉਹ ਉਹਨਾਂ ਦੀ ਜਿਹੜੀ ਬੱਲੇ ਬੱਲੇ ਸਰਕਾਰਾਂ ਕਰਕੇ ਸਰਕਾਰਾਂ ਦੇ ਨਾਲ ਹੁੰਦੀ ਹੈ ਵੋਟ ਤਾਂ ਮੋਦੀ ਸਰਕਾਰ ਨੂੰ ਲੋਕਾਂ ਤੋਂ ਮਿਲੀ ਐ ਪਰ ਸਪੋਰਟ ਕਿੱਥੋਂ ਮਿਲੀ ਲੱਗਦੀ ਐ ਸਪੋਰਟ ਤਾਂ ਹੀ ਦੇਖੋ ਹੁਣ ਜਿਵੇਂ ਕਿ ਮੰਨ ਲਓ ਪੈਸਾ ਦਿੱਤਾ ਹੈ ਹੁਣ ਸਭ ਨੂੰ ਪਤਾ ਐ ਇਹ ਮੈਨੂੰ ਵੀ 20000 ਕਰੋੜ ਦਿੱਤਾ ਸੀ ਅੰਬਾਨੀਆਂ ਅੰਡਾਨੀਆਂ ਨੇ ਇਹਨੇ ਵੀ ਕੋਈ ਗੱਲ ਕਰੀ ਹੋਣੀ ਐ ਵੀ ਅਸੀਂ ਪੰਜਾਬ ਦੇ ਦਾਂਗੇ ਪੰਜਾਬ ਦੇ ਖੇਤ ਦੇ ਦਾਂਗੇ ਹਰਿਆਣਾ ਦੇ ਦਾਂਗੇ ਹਰਿਆਣੇ ਦੇ ਖੇਤ ਦੇ ਦਾਂਗੇ ਪਰ ਇਹ ਕੋਈ ਸਾਲੇ ਨਹੀਂ ਲੱਗਦੇ ਸਾਡੇ ਖੇਤਾਂ ਦੇ ਕੰਗਣਾ ਰਣੋਤ ਦਾ ਬੜਾ ਚਰਚਾ ਹੋਈ ਸੀ ਉਹਦੇ ਬਾਰੇ ਕੋਈ ਦੋ ਲੈਣਾ ਕੰਗਣਾ ਰਣੋਤ ਬਾਰੇ ਸਾਡੇ ਜਿਹੜੇ ਬਹੁਤ ਵਧੀਆ ਵੀਰ ਨੇ ਰਣਜੀਤ ਬਾਵਾ ਜੀ ਉਹਨਾਂ ਨੇ ਦੱਸ ਹੀ ਦਿੱਤਾ ਇਤਰਾ ਨਹੀਂ ਲੈ ਗਈ ਠੀਕ ਹੈ ਨਾ ਉਹਨੂੰ ਬਸ ਪਾਲਿਸੀ ਦੀ ਚਾਹੀਦੀ ਸੀ ਉਹਨੇ ਲੈ ਲਈ ਤੇ ਪਰ ਸਾਡਾ ਯੂਥ ਹੁਣ ਮੈਨੂੰ ਲੱਗਦਾ ਮੈਂ ਸੁਣਿਆ ਵੀ ਉਹਦੀ ਪੇਸ਼ੀ ਆ ਪਰ ਉਹ ਪੇਸ਼ੀ ਤੇ ਮੈਨੂੰ ਲੱਗਦਾ ਵੀ ਆਣਾ ਨਹੀਂ ਉਹਨੇ ਮੈਨੂੰ ਸਾਰੀ ਜ਼ਿੰਦਗੀ ਚ ਆਪਣੇ ਪੰਜਾਬ ਚ ਪੇਸ਼ੀ ਤੇ ਨਹੀਂ ਆ ਸਕਦੀ ਐਡਾ ਯੂਥ ਭੜਕਿਆ ਫਿਰਦਾ ਜੇ ਯੂਥ ਨੂੰ ਮਿਲ ਗਈ ਉਹ ਤਾਂ ਪਤਾ ਨਹੀਂ ਉਹਦਾ ਕੀ ਹਾਲ ਹੋਣਾ ਇਹ ਸੋਚਣ ਦੇ ਵੀ ਡਾ ਇੱਕ ਇੱਕ ਗੱਲ ਹੋਰ ਭਾਬੀਆਂ ਨੂੰ ਮੁੰਡੇ ਵੈਸੇ ਮਤਲਬ ਛੇੜਖਾਨੀਆਂ ਕਰਦੇ ਆ ਜਾਂ ਲਾ ਲੋ ਵੀ ਮਜ਼ਾਕ ਕਰਦੇ ਆ ਹੈਮਾ ਮਲ ਲਈ ਕੋ ਦੋ ਲੱਬ ਬੋਲੋ ਇਮਾਮ ਮਾਲਨੀ ਵਾਲੀ ਮੈਂ ਕੋਈ ਦੋਲਾ ਉਹ ਇਹ ਗੱਲ ਹੁਣ ਜੇ ਬਾਈ ਨੇ ਕਹਿਦੀ ਪੰਜਾਬ ਦਾ ਖਾ ਕੇ ਜਿਹੜਾ ਬੰਦਾ ਆਪਦੇ ਪੰਜਾਬ ਵਾਸਤੇ ਜਿਹੜਾ ਜਿੱਥੇ ਜਿਹੜੀ ਧਰਤੀ 'ਚ ਰਹਿੰਦਾ ਉਸ ਧਰਤੀ ਦਾ ਨਹੀਂ ਹੋ ਸਕਿਆ ਉਹ ਬੰਦੇ ਬਾਰੇ ਆਪਾਂ ਕੀ ਕਹਾਂਗੇ ਜਿਹੜਾ ਆਪਦੀ ਮਿੱਟੀ 'ਚ ਰਹਿ ਕੇ ਆਪਦੀ ਮਿੱਟੀ ਦੀ ਜਿੰਤਨੀ ਕਰ ਸਕਦਾ ਉਸ ਬੰਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ 2.5 ਕਿਲੋ ਦਾ ਹੱਥ ਹੈ ਜਿਹੜਾ ਉਹ ਇਸ ਵੇਲੇ ਮਤਲਬ ਕੰਮ ਨਹੀਂ ਆਇਆ ਪਰ ਇਹ ਜਿਹੇ 2.5 ਕਿਲੋ ਦਾ ਹੱਥ ਲਈ ਕੀ ਕਹੋਗੇ ਹੁਣ ਤਾਂ ਬਸ ਸਮਝ ਲੋ ਵੱਡੇ ਹੀ ਆ ਉਹ ਹੋਰ ਤਾਂ ਕੋਈ ਕੰਮ ਹੈ ਨਹੀਂ ਆਉਣ ਵਾਲੀਆਂ ਮੂਵੀਆਂ 'ਚ ਵੀ ਪਤਾ ਲੱਗ ਜਾਣਾ ਕਿੰਨਾ ਕੁ ਉਹਨਾਂ ਨੂੰ ਆਮਦਨ ਹੁੰਦੀ ਹੈ ਕਿੰਨਾ ਕੁ ਘਾਟਾ ਪੈਂਦਾ ਉਹ ਪਤਾ ਲੱਗ ਹੀ ਜਾਣਾ ਪਰ ਇੱਕ ਗੱਲ ਹੋਰ ਹੈ ਫਿਲਮ ਸਿਟੀ ਵਾਲੇ بڑے ਲੋਕ ਨੇ ਜਿਹੜੇ ਸਰਦਾਰ ਨੂੰ ਲੈ ਕੇ ਪੱਗ ਨੂੰ ਲੈ ਕੇ ਬੜੀਆਂ ਫਿਲਮਾਂ ਬਣੀਆਂ ਅਕਸ਼ੇ ਕੁਮਾਰ ਨੇ ਵੀ ਮੂਵੀਆਂ ਬੜੀਆਂ ਬਣਾਈਆਂ ਉਹਦੇ ਨਾਲ ਫੇਮਸ ਵੀ ਬੜੇ ਹੋਏ ਨੇ ਹਨਾ ਤੇ ਇਹ ਕਿਤੇ ਮੁੱਦਾ ਵੀ ਠਾਉਣਾ ਚਾਹੀਦਾ ਕਿਉਂਕਿ ਸਰ ਤੁਸੀਂ ਪੱਗ ਨੂੰ ਯੂਜ਼ ਕਰਕੇ ਫਿਲਮਾਂ ਬਣਾ ਲੈਨੇ ਪਰ ਅਸਲ ਜ਼ਿੰਦਗੀ ਦੇ ਵਿੱਚ ਤੁਸੀਂ ਨਹੀਂ ਹੁੰਦੇ ਹਾਂ ਇਹ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਦੱਸਾਂਗੇ ਸਾਰੀ ਇਹ ਵੀ ਅੰਦੋਲਨ ਜਾਂ ਗੱਲਾਂ ਤੋਰਾਂਗੇ ਅੱਗੇ ਇਹ ਅੰਦੋਲਨ ਸਾਡਾ ਹੋਣ ਦੇ ਉੱਤੇ ਚੜਨ ਦਿਓ ਇਹਨਾਂ ਨੂੰ ਦੱਸਾਂਗੇ ਵੀ ਜਿਹੜਾ ਮੂਨਾ ਬੰਦਾ ਕਿ ਇਸ ਦਾੜੀ ਰੱਖੀ ਹੋਈ ਆ ਉਹ ਨਹੀਂ ਪਲੱਗ ਪੱਗ ਲਾਓ ਕਰੋ ਹੋਰ ਦੂਸਰੇ ਨੂੰ ਚਾਹੀਦੇ ਨਹੀਂ ਐਵੇਂ ਫਿਲਮਾਂ ਬਣਾ ਲੈਂਦੇ ਆ ਪੈਸੇ ਕਮਾ ਕੇ ਤੁਰ ਜਾਂਦੇ ਆ ਪੰਜਾਬ ਤੋਂ ਤੇ ਪਹਿਲਾਂ ਤਾਂ ਆਪਾਂ ਹੀ ਆਪਾਂ ਕਿਹਾ ਯੂਥ ਵੀ ਹੋਰ ਰਾਹੇ ਕਿਦੋਂ ਰਿਆ ਹੋਇਆ ਸੀਗਾ ਵੈਸਟਰਨ ਕਲਚਰ ਗੱਲ ਨਹੀਂ ਪਰ ਹੁਣ ਨਹੀਂ ਹੁਣ ਸਾਰੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆ ਘਰ ਨਾਲ ਜੁੜੇ ਹੋਏ ਆ ਜ਼ਮੀਨਾਂ ਨਾਲ ਜੁੜੇ ਹੋਏ ਆ ਇੱਕ ਗੱਲ ਇਹ ਨਹੀਂ ਲੱਗਦੀ ਕਿਉਂਕਿ ਜੇ ਗੱਲ ਕਰ ਲਈਏ ਸਿੱਧੂ ਮੂਸੇ ਵਾਲਾ ਤੇ ਬੱਬੂ ਮਾਨ ਦੀ ਤੇ ਇਹਨਾਂ ਪਿੱਛੇ ਬੜਾ ਨੌਜਵਾਨੀ ਨੇ ਚਰਚਾ ਹੋਈ ਆ ਤੇ ਨੌਜਵਾਨ ਵਿੱਚ ਵੀ ਆਏ ਨੇ ਤੇ ਕੀ ਲੱਗਦਾ ਵੀ ਹੁਣ ਉਹਨਾਂ ਲੜਾਈਆਂ ਦੇ ਨਾਲ ਉਹ ਜਿਹ ਤੇ ਇਸ ਲੜਾਈ ਦੇ ਵਿੱਚ ਖੜਨਾ ਚਾਹੀਦਾ ਹਾਂ ਐਵੇਂ ਉਹ ਤਾਂ ਆਪਾਂ ਫੇਸਬੁੱਕ ਤੇ ਬੋਲਣ ਵਾਲੇ ਆ ਕੋਈ ਮੂਸੇ ਵਾਲੇ ਦਾ ਫੈਨ ਆ ਕੋਈ ਬੱਬੂ ਮਾਨ ਦਾ ਆਪਾਂ ਨੂੰ ਉਹਨਾਂ ਪਿੱਛੇ ਨਹੀਂ ਜਾਇੰਦਾ ਅਸਲ ਮੁੱਦਾ ਤਾਂ ਇਹ ਆ ਆਪਾਂ ਨੂੰ ਇੱਥੇ ਆ ਕੇ ਆਪਣੀਆਂ ਜਥੇਬੰਦੀਆਂ ਨਾਲ ਜੁੜਨਾ ਚਾਹੀਦਾ ਜਥੇਬੰਦੀਆਂ ਦੇ ਆਦੇਸ਼ ਆ ਆਪਾਂ ਨੂੰ ਪਾਲਣ ਕਰਨੇ ਚਾਹੀਦੇ ਆ ਸਹੀ ਹੈ ਔਰ ਇੱਕ ਗੱਲ ਹੋਰ ਹੈ ਜੇ ਪੰਜਾਬ ਦੀ ਨੌਜਵਾਨੀ ਉੱਠ ਕੇ ਇਹ ਰਾਹੇ ਪੈ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਰੂਪ ਵੀ ਕੁਝ ਹੋਰ ਦੇਖਣ ਨੂੰ ਹੋ ਸਕਦਾ ਨਾ ਜੀ ਬਹੁਤ ਫਰਕ ਪੈਣਾ ਅੱਗੇ ਆਪਾਂ ਮੋਲਾਂ ਜੋ ਲੈ ਲੈਨੇ ਆ ਮਿਰਚਾਂ ਹਲਦੀ ਸਭ ਕੁਝ ਜੋ ਆਪਾਂ ਨੂੰ ਪਤਾ ਹੀ ਹੈ ਵੀ ਆਪਣੀ ਖੇਤਾਂ 'ਚ ਹੀ ਉਗਦਾ ਉਹ ਤੇ ਆਪਾਂ ਉਹਨਾਂ ਨੂੰ ਸਸਤੇ दामਾਂ 'ਤੇ ਦੇ ਕੇ ਉਹ ਮਹਿੰਗਿਆਂ ਦੇ ਆਪਾਂ ਨੂੰ ਦਿੰਦੇ ਆ ਆਪਾਂ ਘਰੇ ਆਪਦੇ ਅਗਾਓ ਤੇ ਆਪਦੀ ਘਰੇ ਖਾਓ ਜੀ ਨਾਲੇ ਨੈਚੁਰਲ ਆਹੋ ਇਹ ਕੀ ਪਤਾ ਕੀ ਕੁਝ ਮਿਲਾਵਟ ਕਰਦੇ ਆ ਉਹਦੇ ਚ ਐਕਟਰਾਂ ਦੀਆਂ ਫੋਟੋ ਨਾਲੋਂ ਮੈਂ ਕਹਿੰਨਾ ਵੀ ਬਿਹਤਰ ਜਿਹੜਾ ਟੀ-ਸ਼ਰਟ ਤੇ ਕਿਸਾਨ ਸੰਘਰਸ਼ ਦਾ ਤੁਸੀਂ ਬਣਾਇਆ ਉਹ ਝੰਡਾ ਇਹ ਜੇ ਆਹੀਂ ਲੋਕ ਪ੍ਰਮੋਟ ਕਰਨ ਦਾ ਜਾਦੇ ਵਧੀਆ ਗੱਲ ਹੈ ਦੇਖੋ ਜੀ ਪ੍ਰਮੋਟ ਸਭ ਤੋਂ ਜ਼ਰੂਰੀ ਹੈ ਜੇ ਆਪਾਂ ਮੰਨ ਲਓ ਕਿ ਹੁਣ ਆਪਾਂ ਕਿਸੇ ਐਕਟਰ ਦੀ ਫੋਟੋ ਲਾ ਲੈਨੇ ਆ ਮਨ ਲਓ ਕਿਸੇ ਵੀ ਐਕਟਰ ਦੀ ਫੋਟੋ ਲਾ ਲਏ ਆ ਆਪਾਂ ਉਹਨੂੰ ਪ੍ਰਮੋਟ ਕਰ ਲਿਆ ਆ ਆਪਾਂ ਦੀ ਕਿਸਾਨੀ ਨੂੰ ਪ੍ਰਮੋਟ ਕਰੀਏ ਅੱਜ ਲੋਕਾਂ ਦੀਆਂ ਗੱਡੀਆਂ ਤੇ ਦੇਖ ਲਿਓ ਪਹਿਲਾਂ ਪ੍ਰਾਊਡ ਟੂ ਬੀ ਕਾਲੀ ਹੁੰਦਾ ਸੀ ਅੱਜ ਪ੍ਰਾਊਡ ਟੂ ਬੀ ਫਾਰਮਰ ਹੈ ਮੈਂ ਬਹੁਤ ਦੇਖਿਆ ਅੱਜ ਹਰੇ ਵੀ ਕੁਝ ਲੋਕ ਪ੍ਰਾਊਡ ਟੂ ਬੀ ਕਾਲੀ ਲਿਖੀ ਬੈਠੇ ਨੇ ਪਰ ਉਸ ਤੋਂ ਜ਼ਿਆਦਾ ਪ੍ਰਾਊਡ ਟੂ ਬੀ ਫਾਰਮਰ ਆ ਉਹਦੇ ਜਿਹੜੇ ਲੋਕ ਲਿਖੀ ਫਿਰਦੇ ਉਹਨਾਂ ਨੂੰ ਆਪਣੀ ਸ਼ਰਮ ਚਾਹੀਦੀ ਆ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਵੀ ਥੋੜੀਆਂ ਜ਼ਮੀਨਾਂ ਖੋਣ ਤੇ ਤਾਂ ਅੱਗੇ ਦੂਬਾਦ ਕੀ ਹੋ ਗਿਆ ਇੱਥੇ ਜ਼ਮੀਨਾਂ ਪਿੱਛੇ ਭਰਾ ਭਰਾ ਨੂੰ ਮਾਰਨ ਦਾ ਵੱਟ ਵਿੱਚ ਹਾਂ ਤੇ ਬਗਾਨੇ ਨੂੰ ਆਪਾਂ ਕਿੱਥੋਂ ਵੜਨ ਦੇ ਦਾਂਗੇ ਅਜੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਇਹ ਬਹੁਤ ਹੁਣ ਚਰਚਾ ਹੋਊਗੀ ਵੋਟਾਂ ਦੇ ਨਾਲ ਨਾਲ ਬੜੇ ਲੋਕ ਚਾਹਾਂ ਪਿਆਉਣਗੇ ਮੰਤਰੀਆਂ ਨੂੰ ਬਲਾ ਬਲਾ ਕੇ ਤੇ ਇਹ ਚੀਜ਼ ਕਿਤੇ ਨਾ ਕਿਤੇ ਵਿਰੋਧੀ ਹੋ ਸਕਦੀ ਆ ਕਿੱਥੋਂ ਤੱਕ ਸਾਨੂੰ ਲੱਗਦਾ ਕਿ ਲੋਕ ਵਿਆਹ ਚ ਐਮ ਐਲ ਐ ਐਮ ਪੀ ਨੂੰ ਸਾਦੇ ਸੀ ਪਰ ਉਹਦੀ ਲੋੜ ਨਹੀਂ ਆਪਦੇ ਰਿਸ਼ਤੇਦਾਰਾਂ ਨੂੰ ਆਪਾਂ ਪਿੱਛੇ ਹੀ ਛੱਡਦੇ ਨੇ ਉਹਨਾਂ ਨੂੰ ਮੂਰੇ ਵਹਾਉਣਾ ਕੀ ਲੋੜ ਆ ਆਪਣਾ ਕੀ ਲੱਗਦੇ ਆ ਜੋ ਕੰਮ ਕਰਾਉਣੋਂ ਦਾ ਪੈਸੇ ਦੇ ਕੇ ਹੁੰਦਾ ਜੇ ਜਿੱਤ ਤੋਂ ਬਾਅਦ ਜਿੱਤ ਤੋਂ ਬਾਅਦ ਉਹ ਜਿਹੜੇ ਕਿਸਾਨੀ ਚਿਹਰੇ ਨੇ ਜਿਹੜੇ 31 ਕਿਸਾਨ ਜਥੇਬੰਦੀਆਂ ਦੇ ਮੇਨ ਆਗੂ ਨੇ ਜੇਕਰ ਗੱਲ ਕਰ ਲਈਏ ਰਾਜੇਵਾਲ ਸਾਹਿਬ ਜਾਂ ਡੱਲੇਵਾਲ ਸਾਹਿਬ ਜਾਂ ਹੋਰ ਬਹੁਤ ਸਾਰੇ ਅਜਿਹੇ ਚਿਹਰੇ ਨੇ ਉਹਨਾਂ ਦਾ ਇੱਕ ਪੰਜਾਬ ਲੈਵਲ ਤੇ ਵੱਖਰੇ ਤੌਰ ਤੇ ਜਿਹੜਾ ਸਨਮਾਨਤ ਕਰਨਾ ਬਣਦਾ ਹਾਂਜੀ ਜ਼ਰੂਰ ਬਣਦਾ ਜੋ ਸੰਘਰਸ਼ ਤੋਂ ਬਾਅਦ ਜਿੱਤ ਹੁੰਦੀ ਆ ਉਹਨਾਂ ਨੂੰ ਸਪੈਸ਼ਲ ਤੌਰ ਤੇ ਆਪਾਂ ਕਿਦੇ ਸਨਮਾਨਤ ਕਰਨਾ ਚਾਹੀਦਾ ਹਾਰ ਪਾ ਕੇ ਪੰਜਾਬ ਲੈਣਾ ਚਾਹੀਦਾ ਉਹਨਾਂ ਨੂੰ ਜਿਹੜੇ ਅਮ ਗਾਉਂਦੇ ਤੁਸੀਂ ਆਰਡਰਾਂ ਤੇ ਪੀਜੇ ਅਨਾਜ ਖੇਤਾਂ 'ਚ ਅਗਾਉਂਦੇ ਮੈਂ ਕਹ ਸੁਣੋ ਛੋਡੇ ਜੀਜੇ ਹੋ ਜਿਹੜੇ ਅਮ ਗਾਉਂਦੇ ਤੁਸੀਂ ਆਰਡਰਾਂ ਤੇ ਪੀਜੇ ਅਨਾਜ ਖੇਤਾਂ 'ਚ اگਾਉਂਦੇ ਮੈਂ ਕਹਿ ਸੁਣੋ ਥੋਡੇ ਜੀਜੇ ਹੋ ਜਿਹੜੀ ਮੱਕੀ ਦੇ ਬਣਾ ਕੇ ਪੌਪ ਕੌਰਨ ਸ਼ੱਕਦੇ ਮੱਕੀ ਦੇ ਬਣਾ ਕੇ ਪੌਪ ਕੌਰਨ ਸ਼ੱਕਦੇ ਉਹ ਮੱਕੀ ਦੇਆਂ ਦਾਣਿਆਂ ਦਾ ਸਨਮਾਨ ਰੱਖਿਓ ਹੋ ਭੁੱਖ ਆਉਂਦੀ ਜੇ ਮਟਾਉਣੀ ਭੁੱਖੇ ਮਾਰਨੇ ਵੀ ਆਉਂਦੇ ਦਿੱਲੀ ਵਾਲਿਓ ਐਨਾਂਕ ਧਿਆਨ ਰੱਖਿਓ ਹੋ ਭੁੱਖ ਆਉਂਦੀ ਜੇ ਮਟਾਉਣੀ ਭੁੱਖੇ ਮਾਰਨੇ ਵੀ ਆਉਂਦੇ ਦਿੱਲੀ ਵਾਲਿਓ ਐਨਾਂਕ ਧਿਆਨ ਰੱਖਿਓ ਬਹੁਤ ਵਧੀਆ ਗੀਤ ਗਾਇਆ ਤੇ ਇਹਦੇ ਨਾਲ ਨਾਲ ਇਹ ਨਹੀਂ ਲੱਗਦਾ ਵੀ ਹੁਣ ਜਿੰਨੇ ਵੀ ਸਿੰਗਰ ਨੇ ਜਿੰਨੇ ਵੀ ਕਲਾਕਾਰ ਗੀਤ ਕੱਢ ਰਹੇ ਨੇ ਉਹਨਾਂ ਨੂੰ ਕਿਸਾਨਾਂ ਦੇ ਗੀਤ ਗਾਉਣੇ ਚਾਹੀਦੇ ਨੇ ਹਾਂਜੀ ਗਾਉਣੇ ਚਾਹੀਦੇ ਗਾ ਵੀ ਰਹੇ ਆ ਜੀ ਬਹੁਤ ਸਾਰੇ ਗੀਤ ਆ ਗਏ ਕਿਸਾਨਾਂ ਦੇ ਹੁਣ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਪਹਿਲਾਂ ਸਾਡੇ ਟਰੈਕਟਰਾਂ ਦੇ ਪਿੰਡਾਂ 'ਚ ਮਨ ਲਾ ਕੋਈ ਗੀਤ ਲੱਗਿਆ ਹੁੰਦਾ ਸੀ ਕਿਹੇ ਆਮ ਗੀਤ ਲੱਗੇ ਹੁੰਦੇ ਸੀ ਜਿਵੇਂ ਪਹਿਲਾਂ ਹੁੰਦੇ ਸੀ ਹੁਣ ਪਿੰਡਾਂ 'ਚ ਕੋਈ ਟਰੈਕਟਰ ਮੈਂ ਕਹਣਾ ਇਹ ਜਿਆ ਹੋਊਗਾ ਹੀ ਨਹੀਂ ਜਿੱਤੇ ਕਿਸਾਨੀ ਦਾ ਗੀਤ ਨਾ ਲੱਗਿਆ ਹੋਵੇ ਜੀ ਹੁਣ ਆਮ ਵੀ ਗੱਡੀਆਂ 'ਚ ਟਰੈਕਟਰਾਂ ਤੇ ਜਾਂ ਕਿਤੇ ਵੀ ਹੋਰ ਲਾ ਲੋ ਵਿ ਹਿਮਾ ਮਲਣੀ ਭਜਾਈ ਆ ਸਾਰੇ ਮੁੰਡਿਆਂ ਦੀ ਤੁਹਾਡੀ ਤੇ ਕੀ ਕੁਦੇ ਲਈ ਕੁਝ ਭਾਬੀ ਨੂੰ ਟੀਚਰ ਕਰੂੰਗੀ ਮੈਂ ਤਾਂ ਹੀ ਕੀ ਟੀਚਰ ਕਰਨੀ ਆ ਬਸ ਟੀਚਰ ਤਾਂ ਕੀ ਕਰਨੀ ਆ ਵੈਸੇ ਖੁਸ਼ ਹੋ ਗਏ ਭਾਬੀ ਦਿਨਾ ਤੇ ਅੱਛਾ ਹੋਰ ਕੋਈ ਗੱਲ ਜਿਵੇਂ ਕਿਸਾਨੀ ਸੰਘਰਸ਼ ਬੜਾ ਤਿੱਖਾ ਹੋ ਗਿਆ ਨੌਜਵਾਨ ਉੱਠ ਖੜੇ ਨੇ ਕਿੰਨੀ ਉਮਰ ਤੁਹਾਡੀ ਮੇਰੀ ਉਮਰ ਤਾਂ 17 ਸਾਲ ਜੇ 17 ਸਾਲ ਦੀ ਉਮਰ ਦੇ ਬੱਚੇ ਮੰਨ ਲਓ ਆ ਗਏ ਨੇ ਸੰਘਰਸ਼ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਹੁਣ ਜਿੱਤ ਪੱਕੀ ਆ ਆਪਣੀ ਹਾਂਜੀ ਜਿੱਤ ਪੱਕੀ ਆ ਜੀ ਕੁਛ ਮਰਜ਼ੀ ਹੋ ਜੇ ਚਾਹੇ ਟਾਈਮ ਤਾਂ ਹੁਣ ਤੁਹਾਨੂੰ ਪਤਾ ਹੀ ਲੱਗਦਾ ਹੀ ਹੁੰਦਾ ਐ ਵੱਡੀਆਂ ਚੀਜ਼ਾਂ ਆ ਜੇ ਹੁਣ ਜਿਵੇਂ ਸੰਘਰਸ਼ ਆਪਣਾ ਇਹ ਕੰਮ ਵੀ ਵੱਡਾ ਆ ਤਾਂ ਟਾਈਮ ਤਾਂ ਹੁਣ ਲੱਗੂ ਗਈ ਆਪਾਂ ਨੂੰ ਐ ਤਾਂ ਹੈ ਨਹੀਂ ਵੀ ਮੰਨ ਲਓ ਅੱਜ ਦਿੱਲੀ ਬਾਗੇ ਜਾਂ ਕੱਲ ਨੂੰ ਨਵੇੜ ਕੇ ਆ ਗਏ ਹੁਣ ਜਿੱਤਾਂਗੇ ਜ਼ਰੂਰ ਜੀ ਜਾਂ ਮਰ ਜਾਾਂਗੇ ਜਾਂ ਜਿੱਤ ਜਾਾਂਗੇ ਜੀ ਨਾਰਾ ਲਾਉਂਗੇ ਕਿਸਾਨਾਂ ਦਾ ਇੱਕ ਹਾਂਜੀ ਲਾਵਾਂਗੇ ਲਓ ਕਿਸਾਨ ਏਕਤਾ ਜਿੰਦਾਬਾਦ 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 ਕਿਸਾਨ ਏਕਤਾ ਜਿੰਦਾਬਾਦ 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 ਇਹ ਤੁਹਾਨੂੰ ਮੈਂ ਤਸਵੀਰਾਂ ਬਠਿੰਡਾ ਦੇ ਉਸ ਸੰਘਰਸ਼ ਦੀਆਂ ਦਿਖਾਈਆਂ ਕਿਸਾਨ ਪ੍ਰੇਡ ਦੀਆਂ ਕਿਉਂਕਿ ਨੌਜਵਾਨ ਉੱਠ ਪਏ ਨੇ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਬੇਸ਼ੱਕ ਸਾਨੂੰ ਜਾਣਾਂ ਦੇਣੀਆਂ ਪਹਿਜਣ ਜਾਣਾਂ ਵਾਰਨੀਆਂ ਪਹਿਜਣ ਪਰ ਕਿਸਾਨੀ ਸੰਘਰਸ਼ ਨੂੰ ਜਿੱਤ ਦਿਵਾ ਕੇ ਹਟਾਂਗੇ ਨੌਜਵਾਨਾਂ ਲਈ ਇੱਕ ਪੂਰੇ ਪੰਜਾਬ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਮੈਨੂੰ ਤੇ ਜਦਤ ਬਠਿੰਡਾ ਤੋਂ ਸੁਪਰੀ ਦੀ ਰਿਪੋਰਟ